أعوذ بالله من الشيطان الرجيم. بسم الله الرحمن الرحيم. رب اشرح لي صدري ويسر لي أمري وأحلل عقدة من لساني يفقهوا قولي. يا الله يا رحمن يا رحيم يا مقلب القلوب ثبت قلبي على دينك. اللهم صل على محمد وآل محمد. السلام عليكم. کیا حال ہے سی؟ خیریت ہے؟ سارے ٹھیک ہو؟ خیریت ہے سی؟ ماشاءاللہ اللہ پاک دا کرم ہے، شکر ہے. چند بندے جان دے ہوسن تے کچھ بندے سارے نویں لگ دے ہوسن. تعارف کروا دینا میں اپنا، ڈاکٹر محمد محسن عباس، سول ویٹنری ہسپتال دے وچ میری ڈیوٹی ہے، نوکری ہے بطور ویٹنری افسر، ویٹنری آفیسر. ٹھیک ہے جی، ਉਤਾਂ ਡਿਊਟੀ ਕਰਦੇ ਹੈ. ਜਾਨਵਰਾਂ ਦਾ ਇਲਾਜ ਮੁਆਲਜਾ ਸਾਰੇ ਜ਼ਿੰਮੇ ਹੈ. ਠੀਕ ਹੈ ਨਾ ਸਰ? ਇਹ ਸਾਰੀ ਟੀਮ ਹੈ. ਮੁਹੰਮਦ ਇਸਮਾਇਲ ਸਾਹਿਬ ਵੈਟਨਰੀ ਅਸਿਸਟੈਂਟ, ਸਜਾਦ ਫਾਰੂਕ ਸਾਹਿਬ ਵੈਟਨਰੀ ਅਸਿਸਟੈਂਟ, ਹਫੀਜ਼ੁੱਲਾ ਸ਼ਿਰਾਜ਼ੀ ਸਾਹਿਬ AI ਟੈਕਨੀਸ਼ੀਅਨ, ਸਜਾਦ ਫਾਰੂਕ ਸਾਹਿਬ ਕੋਟ ਖਲੀਫੇ ਦੇ ਵੈਟਨਰੀ ਅਸਿਸਟੈਂਟ, ਐਂਡ ਪੂਰੀ ਯੂਨੀਅਨ ਕੌਂਸਲ ਦੇ ਜਿਹੜੇ ਜਾਨਵਰ ਹਨ ਉਹਨਾਂ ਦੀ ਵੈਕਸੀਨੇਸ਼ਨ ਡਿਵਰਮਿੰਗ ਉਹਨਾਂ ਦੇ ਹਵਾਲੇ ਹੈ. ਅੱਜ ਕੱਲ੍ਹ ਔਰ ਅੱਜ ਤੋਂ ਪਹਿਲੇ ਜਿਹੜੇ ਮਾਮਲਾਤ ਔਰ ਜਿਹੜੇ ਮਸਾਇਲ ਜਾਨਵਰਾਂ ਕੋਲ ਮਹਿਸੂਸ ਥੀਂਦੇ ਰਹਿ ਗਏ ਹਨ, ਉਹਨੇ ਸਭ ਤੋਂ ਸਰੇ ਫਹਿਰਸਤ ਜਿਹੜਾ ਉਹ ਚਿੱਚੜਾਂ ਦਾ ਮਸਲਾ. ਇਵੇਂ ਹੈ ਨਾ ਸੀ, ਚਿੱਚੜ ਵਾਲਾ ਮਸਲਾ ਬਹੁਤ ਜ਼ਿਆਦਾ ਖਤਰਨਾਕ ਮਸਲਾ ਹੈ, ਬਹੁਤ ਜ਼ਿਆਦਾ ਖਤਰਨਾਕ ਬਿਮਾਰੀਆਂ ਪੈਦਾ ਕਰਦੇ ਜਾਨਵਰਾਂ ਦੇ ਵਿੱਚ. ਉਹਦੀ ਵਜ੍ਹਾ ਕਨੂੰ ਜਾਨਵਰ ਕਮਜ਼ੋਰ ਹੀ ਥੀ ਵੇਂਦੇ ਹਨ, ਕੁੱਖ ਵੀ ਨਹੀਂ ਕੱਢਦੇ, ਪੁੱਠ ਵੀ ਨਹੀਂ ਬਣਦੇ, ਗੋਸ਼ਤ ਵੀ ਨਹੀਂ ਬਣਦੇ, ਔਰ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਵੀ ਥੀ ਵੇਂਦੇ. ਤਾਂ ਹੂੰ ਚੀਜ਼ ਕੋ ਮੱਦੇਨਜ਼ਰ ਰੱਖਦੇ ਹੋਏ ਅਸਾਂ ਤਕਰੀਬਨ 8-9 ਮਹੀਨੇ ਚਿੱਚੜਾਂ ਵਾਲੇ ਟੀਕੇ ਔਰ ਚਿੱਚੜ ਮਾਰ ਪਾਊਡਰ ਦਾ ਇਸਤੇਮਾਲ ਮੁਖਤਲਿਫ ਇਲਾਕਿਆਂ ਦੇ ਵਿੱਚ ਕਰਵਾਉਂਦੇ ਵੀ ਰਹਿ ਗਏ ਸੀ ਅਤੇ ਤੁਹਾਡੇ ਤੱਕ ਵੀ ਪਹੁੰਚ ਆਏ ਸੀ, ਦਵਾਈਆਂ ਚਾਹ ਕੇ ਆਏ ਸੀ. ਅਲਹਮਦੁਲਿਲਾ ਤੁਹਾਡੇ ਸਾਹਮਣੇ ਮੌਜੂਦ ਹਨ. ਠੀਕ ਹੈ ਨਾ ਜੀ? ਇਨਸ਼ਾਅੱਲਾ ਬਾ ਮੁਤਾਬਿਕ ਜ਼ਰੂਰਤ ਜੀ ਕੂ ਜਿਤਨੀ ਜਿਤਨੀ ਦਵਾਈ ਦੀ ਜ਼ਰੂਰਤ ਹੋ ਸੀ ਹੁਣ ਕੋ ਉਤਨੀ ਦਵਾਈ ਅਵੇਲੇਬਲ ਹੈ, ਦਸਤਿਆਬ ਹੈ. ਜਿਹੜਾ ਟੀਕਾ ਲੱਗਣ ਦਾ ਹੈ ਉਹ ਲੱਗਵੇ ਸੀ, ਜਿਹੜੀ ਦਵਾਈ ਦੇਵਣ ਦੀ ਹੈ ਉਹ ਦੇ ਜਵੇ ਸੀ. ਇਨਸ਼ਾਅੱਲਾ ਫਿਕਰ ਨਾ ਕਰੋ, ਇਹ ਸਿਰਫ ਤੁਹਾਨੂੰ ਦਿਖਾਵਣ ਦੀ ਖਾਤਰ ਨਹੀਂ ਰੱਖਿਆ ਹੋਇਆ, ਇਹ ਤੁਹਾਡੀ ਖਾਤਰ, ਤੁਹਾਨੂੰ ਦੇਵਣ ਦੀ ਖਾਤਰ, ਜਾਨਵਰਾਂ ਦੇ ਇਸਤੇਮਾਲ ਦੀ ਖਾਤਰ ਚਾਹ ਕੇ. ਠੀਕ ਹੈ ਨਾ ਸੀ? ਅੱਛਾ, ਹੁਣ ਆਪਾਂ ਸਾਰੇ ਜਿਤਨੇ ਵੀ ਬੈਠੇ ਹੈ, ਸਾਰੇ ਮਵੇਸ਼ੀ ਪਾਲ ਹਜ਼ਰਾਤ ਬੈਠੇ ਹੈ ਨਾ, ਤੁਹਾਡੇ ਤਮਾਮ ਜਾਨਵਰਾਂ ਦੀ ਹਿਫਾਜ਼ਤੀ ਟੀਕੇ ਲੱਗਦੇ ਰਹਿ ਵੇਂਦੇ ਨੇ ਤਰਤੀਬ ਨਾਲ ਜਾਂ ਕਹਿ ਨਹੀਂ ਲੱਗਦੇ ਰਹਿ ਵੇਂਦੇ? ਕੋਈ ਐਸਾ ਬੰਦਾ ਜਿਹਦੇ ਹਿਫਾਜ਼ਤੀ ਟੀਕੇ ਨਾ ਲੱਗੇ ਹੋਵੇ? ਅੱਛਾ, ਲੱਗਦੇ ਰਹਿ ਵੇਂਦੇ ਨੇ, ਮਾਸ਼ਾਅੱਲਾ. ਚਲੋ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ. ਅੱਜ ਕੱਲ ਇਲਾਕੇ ਦੇ ਵਿੱਚ ਮਹੀਨਾ ਖਾਨ ਠੀਕ ਹੈ, ਕਹਿ ਨਹੀਂ ਹੈ, ਪਹਿਲੇ ਆਏ ਪਹਿਲੇ ਟੀਕੇ ਲਾ ਗਏ, ਬੜੀ ਅੱਛੀ ਗੱਲ ਹੈ. ਕੋਈ ਵੀ ਹਿਫਾਜ਼ਤੀ ਟੀਕਾ ਹੈ ਉਹਦੀ ਕੰਪੇਨ ਪੂਰੇ 2-2.5 ਮਹੀਨੇ ਚੱਲਦੀ ਹੈ, ਕਮ ਅਜ਼ ਕਮ ਇੱਕ ਸਿਰੋਂ ਕੰਮ ਸ਼ੁਰੂ ਥੀਂਦੇ ਅਤੇ ਪੂਰੇ ਯੂਨੀਅਨ ਕੌਂਸਲ ਕੋ ਮੁਕੰਮਲ ਕਰਦੇ ਹੋਏ 2-2.5 ਮਹੀਨੇ ਲੱਗ ਪੈਂਦੇ. ਠੀਕ ਹੈ ਜੀ? ਇੱਕ ਬੰਦਾ ਹੈ, ਉਹਦੇ ਨਾਲ ਕੋਈ ਅਸਿਸਟੈਂਟ BI ਹੁੰਦੇ ਅਤੇ 2 ਬੰਦੇ ਰਲ ਅਤੇ ਸਾਰਾ ਇਲਾਕਾ ਕਵਰ ਕਰਦੇ. ਤੁਸੀਂ ਆਪ ਆਦੇ ਪਏ ਮਹੀਨਾ ਪਹਿਲੇ ਆਏ ਟੀਕੇ ਲਾ ਕੇ ਜੀ ਅਤੇ ਅਰਜ਼ ਇਹ ਕਿ ਅੱਜ ਕੱਲ੍ਹ ਜਿਹੜੀ ਹਿਫਾਜ਼ਤੀ ਵੈਕਸੀਨ ਚੱਲਦੀ ਪਈ ਹੈ ਉਹ ਹੋਵੇ ਚੌੜੇ ਮਾਰ ਵਾਲੀ ਵੈਕਸੀਨ. ਠੀਕ ਹੈ ਨਾ ਸੀ? ਚੌੜੇ ਮਾਰ ਬਿਮਾਰੀ ਬੜੀ ਖਤਰਨਾਕ ਬਿਮਾਰੀ ਹੈ, ਹੁਣ ਤੂੰ ਬਚਣ ਦੀ ਖਾਤਰ ਖਾਸ ਤੌਰ 'ਤੇ ਗਮੀਆਂ 'ਚ ਬਿਮਾਰੀ ਜ਼ਿਆਦਾ ਆਉਂਦੀ ਹੈ, ਔਰ ਜਿਹੜੀ ਗਾਂ 2 ਸਾਲ 2.5 ਸਾਲ 3 ਸਾਲ ਹੱਦ 4 ਸਾਲ ਜਿੰਨੀ ਉਮਰ ਹੈ 5 ਸਾਲ ਤੱਕ ਵੀ ਹੀ ਬਿਮਾਰੀ ਦਾ ਹਮਲਾ ਹੈ ਗਾਵੇ ਮਾਲ 'ਚ, ਉੱਤੇ ਹੀ ਬਿਮਾਰੀ ਦਾ ਹਮਲਾ ਘੱਟ ਥੀ ਵੇਂਦਾ. ਉਮਰ ਵੱਧ ਵੇਂਦੀ ਹੈ ਅਤੇ ਬਿਮਾਰੀ ਦਾ ਹਮਲਾ ਘੱਟ ਥੀ ਵੇਂਦਾ. ਅਗਰ ਦੇਖੋ ਮੰਜੀ ਕੋ, ਮੰਜੀ ਦੇ ਵਿੱਚ ਜ਼ਿਆਦਾ ਗਲ ਗੋਟੂ ਦਾ ਮਸਲਾ ਹੈ. ਠੀਕ ਹੈ ਨਾ ਸੀ? ਗਲ ਗੋਟੂ ਦੀ ਬਿਮਾਰੀ ਮਾਂਝੇ ਮਾਲ ਜ਼ਿਆਦਾ ਹੈ, ਉਹ ਵੀ ਇਵੇਂ ਹੈ ਜੂੰ ਛੋਟਾ ਜਾਨਵਰ ਉਮਰ ਥੋੜ੍ਹੀ ਤਾਂ ਇਹ ਹਮਲੇ ਦੀ
مقدار تعداد یا انٹینسٹی یا شدت وہ زیادہ ہوندی ہے یہ سنو سی تے مانجے مال وچ گل گھوٹو دی بیماری زیادہ ہے گاوے مال دے وچ چوڑے والی بیماری زیادہ ہے اے وی تھی سکدے جو مانجے چوڑے والی وی بیماری آ سکدی ہے تے گاوے مال وچ گل گھوٹو والی وی بیماری آ سکدی ہے ٹھیک ہے ہی چوڑے مار والی ویکسین تو پہلے گل گھوٹ والی ویکسین تھی رہ گئی ہے مانجے مال کو بھی تھئیے گاوے مال کو بھی تھئیے ٹھیک ہے نا تاکہ یہ بیماری نہ آوے اچھا ہن سال دے وچ ایک ٹیكا لگتا پے گل گھوٹو دی ویکسین دا پہلے سال دو ٹیكے لگتے ہوندے ہن گل گھوٹو دے ہن کیا تھینا پے ایک ٹیكا لگتا پے ان دی وجہ یہ کہ پہلے جڑا ٹیکا بنتا وہ پانی دے وچ بنتا ہا وہ 6 مہینے کام کریندا فائدہ دیندا ول اگلے 6 مہینے واسطے ولا ٹیکا ساکو لاونا پوندا ہن لیبارٹری والے کیا کریندے ہیں یہ جڑی ویکسین ہے وہ تیل وچ تیار کریندے اوندا اثر پورا ایک سال رہندے ٹھیک ہے سی وہ ہن پانی والی ویکسین کہ نہیں آندی تیل وچ بنی ہوئی ویکسین آندی ہے تے اوندا فائدہ پورا سال رہندے لہذا یاد رکھو وہ پچھلے بھائی تک آواز بھی نہیں پیے یاد رکھو تمام جانوروں کو سال ایک دفعہ وڈے مال کو منجی گمی کو سال ایک دفعہ گل گھوٹو دا ٹیکا لازمی لوا کیدا کرو اور جدہ ساری کمپین شروع تھی دو ڈھائی مہینے چل دیے تو ہوں دوران کوئی بندہ رہ نہ ونجے تاکہ پورا سال ان کو اے بیماری دا خطرہ نہ ہوئے ہن چوڑے والی بیماری دے خلاف ٹیکا لگتا پے یہ بھی سال ایک دفعہ لازمی ہے ٹھیک ہے نا سی یہ بھی سال ایک دفعہ ٹیکا لگنا لازمی ہے البتہ منہ کھور یا موہاڑا جی کو آپ سڑے میں وہ بھی ایک خطرناک بیماری ہے وائرس کی وجہ کو تھی ہے اندر سال دو دفعہ ٹیکا لگ دے وہ بھی ہر 6 مہینے بعد وہ لواونا بھی ضروری ہے تو ذہن چ رکھو کہ بڑے مال کو منجی یا گمی انہوں کو کم از کم پورے سال 4 دفعہ حفاظتی ٹیکا لگنا ہے ایک دفعہ گل گھوٹو والا ایک دفعہ چوڑے مار والا تے دو دفعہ موہاڑے والا ٹیکا لگ سے ٹوٹل 4 دفعہ ان کو حفاظتی ٹیکا لگنے ترتیب شیڈول اساں اپنے حساب نال چلاونے تساں صرف اے یقین کرنے دیکھنے کہ بھائی اساں کو ہاں سال ایک دفعہ گل گھوٹو دا لگ گئے چوڑے والا لگ گئے موہاڑے والا ایک دفعہ لگ گئے ایک دفعہ راندے یاد دیانی تساں کروا دے میرا سو ایک بندہ ہے کلا بندہ ہے کوئی بندہ کوئی نہیں ملدا بات کر ہاں اچھا سر یہ جڑے مختلف بیماریاں آتے پے وے ایک سیزنل ہیں یا کہیں وقت ہی اٹیک کر سکتے ہیں زیادہ تر سیزنل جی میں گل گھوٹو دا مسئلہ ہے اس سردیاں وچ بھی آویں دے تے زیادہ حبس دے موسم وچ بارشاں تو پہلے بارشاں دے دوران جلے حبس ودی ہوں والے گل گھوٹو دا مسئلہ ودنے دے موہاڑے والا مسئلہ سردی زیادہ تھینے تے اے جڑی چوڑے مار والی بیماری ہے گرمی زیادہ پوندی ٹھیک ہے نا سی ایویں چھوٹے جانور ہیں بھیڑاں ہیں بکریاں ہیں انہاں واسطے بھی حفاظتی ٹیکا لگنا ہوندے او بھی 3-4 ہن میں تو دس دینا ہن جڑا سیزن ہے جڑا اسا لیندے پئے ہیں چوڑے مار وڈے کو لیندے پئے ہیں بیماری دے خلاف ٹیکا چھوٹے جانور بھیڑاں بکریاں کو پتے والی بیماری دی ویکسین کرنے پئے ہیں اپنی زبان ہے جو کو پتے والی بیماری سجا ہے ٹھیک ہے نا جی موک زیادہ لگ گئی تے پتہ نہ لگا تے جانور باک کڈے دے کے ملے نہیں کڈے دا اوکے تا ان دے خلاف ویکسین ہن اساں کرین دے پئے ہیں اے تساں لازمی تعاون کرو سارے بندے نال بعض اوقات بندہ گھر نہیں ہوندا کم از کم اے دسی کے کرو اگر ڈاکٹر صاحب آمین تے ٹیکے لوا گئے سو کوئی نہ کوئی بندہ ہوں بستی دے وچ ہووے ایسا جڑا نال تھی پوندا رہے بھائی یہ گھر ہے یہ محلہ ہے یہ گلی ہے یہ پاسے اتھا مال ہی کھڑے اتھا ہی کھڑے ہر پاس تے اے شدہ آدھے سی چلو انہیں گالی کو چھوڑو میں اپنی گال کریں نا اچھا پتے والی بیماری اینا ٹیکا سال دو دفعہ لگنے سے یاد رکھو ہر 6 مہینے دے بعد فون لگتا پے نوٹ کر گن سو ڈیٹ 6 مہینے پورے تھینے پہ ہوئے تو تہاڈا فون پہلے آ ونجے ہی کنے جناب لا گیا بھی ٹھیک ہے بلا کنا سو تو کو شیڈول دے رہے سی کہ جناب ہفتے بعد آنے پہ یا ڈاری بعد آنے پہ یا 8ویں ڈی آنے پہ جدہ ہو سے تو آڈا موجودہ نمبر دے سے تو سن ذہنے رکھے سو تے تیار رہا سو
ਇਵੇਂ ਹੀ ਨਮੂਨੀਆ ਦੀ ਇੱਕ ਬਿਮਾਰੀ ਹੈ, ਭੇਡਾਂ ਬੱਕਰੀਆਂ ਦੇ ਵਿੱਚ ਥੀਂਦੀ ਹੈ ਔਰ ਸਰਦੀਆਂ ਦੇ ਮੌਸਮ ਵਿੱਚ ਥੀਂਦੀ ਹੈ। ਹੁਣ ਅਗਲਾ ਜਿਹੜਾ ਸੀਜ਼ਨ ਆਉਂਦਾ ਪਏ ਹੀ ਵੈਕਸੀਨ ਦੇ ਬਾਅਦ, ਇਹ ਵੈਕਸੀਨ ਮੁਕਾ ਗਈ ਸੂ, ਹੁਣ ਦੇ ਬਾਅਦ ਉਹ ਵੈਕਸੀਨ ਕਰੇ ਸੂ, ਨਮੂਨੀਆ ਦੀ ਬਿਮਾਰੀ ਦੇ ਖਿਲਾਫ ਵੈਕਸੀਨ ਕਰੇ ਸੂ ਭੇਡਾਂ ਬੱਕਰੀਆਂ। ਉਹ ਕੁਝ ਸੱਜਿਆ ਵੈਂਦੇ ਸੀ, ਕਿਆ ਸੱਜਿਆ ਵੈਂਦੇ, CCPP, ਠੀਕ ਹੈ ਨਾ ਜੀ, ਕੰਟੇਜੀਅਸ ਕੈਪਰਾਈਨ ਪਲਿਓਰੋ ਨਿਮੋਨੀਆ, ਇਹ ਅੰਗਰੇਜ਼ੀ ਨਾਂ ਹੈ, ਆਪਣੀ ਜ਼ਬਾਨ ਜੋ ਕੋਈ ਨਮੂਨੀਆ ਦੀ ਬਿਮਾਰੀ ਸੱਜਿਆ ਵੈਂਦਾ, ਫਿਫੜਾ ਵੀ ਲੱਗ ਗਿਆ ਉਹਦੇ ਵਿੱਚ, ਖੰਘ ਠੀਕ ਗਈ, ਨਜ਼ਲਾ ਠੀਕ ਗਿਆ ਅਤੇ ਨਮੂਨੀਆ। ਅੱਛਾ ਮਾਤਾ ਜੀ ਬਈ ਉਹ ਖਤਮ ਥੀ ਗਈ ਬਿਮਾਰੀ। ਅੱਛਾ PPR ਦੀ ਇੱਕ ਬਿਮਾਰੀ ਹੁੰਦੀ ਹੈ, ਮੂੰਹ ਸੜੀ ਦੀ ਬਿਮਾਰੀ ਜੀ ਕਹਿੰਦੇ, ਮੂੰਹ ਸੜੀ ਵਾਲੀ ਬਿਮਾਰੀ ਅਸਾਂ ਅਕਸਰ ਲੋਕ ਆਪਣੇ ਜਿਹੜੇ ਹਨ ਉਹ ਕਹਿੰਦੇ ਸੀ ਮੁਹਾੜਾ ਆ ਗਿਆ ਬੇੜਾ ਬੱਕਰੀਆਂ, ਉਹ ਮੁਹਾੜਾ ਕਹਿੰਦੀ ਹੁੰਦਾ, ਉਹ ਮੂੰਹ ਸੜੀ ਹੈ ਰਲਦੀ ਮਿਲਦੀ ਹੈ ਬਿਮਾਰੀ ਮੁਹਾੜੇ ਦੇ ਨਾਲ, ਲੇਕਿਨ ਉਹਦੀ ਵੈਕਸੀਨ ਪਈ ਹੈ, ਉਹਦੀ ਵੈਕਸੀਨ ਪਈ ਹੈ, ਉਹਦਾ ਵਾਇਰਸ ਵੀ ਹੈ, ਉਹਦਾ ਵਾਇਰਸ ਵੀ ਹੈ। ਹਾਂ ਇਹਨਾਂ ਦਾ ਜਿਹੜਾ ਉੱਤੋਂ ਖਾਨਦਾਨ ਹੈ ਹੀ ਨਾ ਹੀ ਜਰਾਸੀਮ ਦਾ ਉਤਲਾ ਖਾਨਦਾਨ ਹੈ ਵਡੇਰੇ, ਉਹ ਹੀ ਕਹਿਣ ਇਹ ਔਲਾਦ ਹੂੰ ਖਾਨਦਾਨ ਹੀ ਜੋ, ਲੇਕਿਨ ਫਰਕ ਹੈ ਨਿਖੜ ਗਈ ਹੈ, ਇੱਕ ਬਈ ਬਿਮਾਰੀ ਕਰਨ ਦੇ ਥੋੜ੍ਹਾ ਥੋੜ੍ਹਾ ਫਰਕ ਹੈ, ਮਕਸਦ ਇਹ ਆਖਣ ਇਹਦੀ ਵੈਕਸੀਨ ਇਨਸ਼ਾਅੱਲਾ ਇਹ ਵੈਕਸੀਨ ਦੇ ਬਾਅਦ ਉਹ ਥੀ ਸੀ ਇੱਕ ਨਮੂਨੀਆ ਦੀ ਵੈਕਸੀਨ ਆਖਿਆ ਵੈਂਦੇ, ਉਹ ਤੋਂ ਇਲਾਵਾ ਤੁਹਾਨੂੰ ਮੂੰਹ ਸੜੀ ਵਾਲੀ ਵੈਕਸੀਨ ਦੱਸ ਰਹੀ ਤੇ ਉਹ PPR ਨੂੰ ਸੱਦੇ ਦੇਣ, ਕਾਟਾ ਦੀ ਬਿਮਾਰੀ ਸੱਦੇ ਦੇਣ, ਉਹ ਵੀ ਥੀ ਹੋਣੀ ਹੈ ਹੁੰਦੇ ਬਾਅਦ ਨਮੂਨੀਆ ਦੀ ਵੈਕਸੀਨ ਦੇ ਬਾਅਦ ਉਹ ਥੀ ਹੋਣੀ, ਸਾਲ 'ਚ ਇੱਕ ਦਫਾ ਔਰ ਬਲਕਿ ਪੂਰੀ ਜ਼ਿੰਦਗੀ 'ਚ ਇੱਕ ਦਫਾ ਇੱਕ ਕਾਟਾ ਵਾਲੀ ਬਿਮਾਰੀ ਜੀ ਕੋ ਮੂੰਹ ਸੜੀ ਦੀ ਬਿਮਾਰੀ ਆਉਂਦੇ ਸੀ, ਇੱਕ ਦਫਾ ਵੈਕਸੀਨ ਥੀ ਵੰਜੇ ਭੇੜਾਂ ਬੱਕਰੀਆਂ ਕੋ। ਹਾਸ਼ਿਮ ਸਾਹਿਬ ਹੋ ਨਾ ਤੁਸੀਂ ਪੜ੍ਹਨਾ ਕਿ ਬੋਲ ਇਜਾਜ਼ ਸਾਹਿਬ ਸੋਰੀ, ਅਗਰ ਜ਼ਿੰਦਗੀ 'ਚ ਇੱਕ ਦਫਾ ਭੇਡ ਬੱਕਰੀ ਕੋ ਮੂੰਹ ਸੜੀ ਵਾਲੀ ਵੈਕਸੀਨ ਕਰ ਲਿਓ, ਕਾਟਾ ਦੀ ਬਿਮਾਰੀ ਵਾਲੀ ਵੈਕਸੀਨ ਕਰ ਲਿਓ, ਤਾਂ ਉਹ ਕੋ ਪੂਰੀ ਜ਼ਿੰਦਗੀ ਵਲਾ ਜ਼ਰੂਰਤ ਕਹਿਣੀ ਉਹਦੇ ਅੰਦਰ ਕੁਵਤ ਅਤੇ ਮੁਦਾਫੀਅਤ ਪੈਦਾ ਥੀ ਵੈਂਦੀ ਹੈ ਔਰ ਹਮੇਸ਼ਾ ਵਾਸਤੇ ਉਹ ਬਿਮਾਰੀ ਕੋ ਬਚਵੇ, ਉਹ ਬਿਮਾਰੀ ਕੋ ਬਚਵੇ ਸੀ, ਕਾਟੇ ਵਾਲੀ ਬਿਮਾਰੀ ਤੋਂ ਬਚਵੇ ਸੀ। ਨਮੂਨੀਆ ਵਾਲੀ ਵੈਕਸੀਨ ਅਲਬੱਤਾ ਸਾਲ 'ਚ ਹਰ ਸਾਲ ਕਰਵੇ ਸੋ, ਔਰ ਪਿੱਤੇ ਵਾਲੀ ਬਿਮਾਰੀ ਦੀ ਵੈਕਸੀਨ ਸਾਲ 'ਚ 2 ਦਫਾ ਕਰਵੇ ਸੋ। ਇਹ ਹੁਣ ਤੁਸੀਂ ਯਾਦ ਰੱਖਣੇ ਔਰ ਨੋਟ ਰੱਖਣੇ ਅਹਿਮ ਤਰੀਨ ਮਸਲੇ ਇਹ ਹੁੰਦੇ ਨੇ ਵੱਡੇ ਜਾਨਵਰਾਂ ਦੇ ਛੋਟੇ ਜਾਨਵਰ। ਹਾਂ ਚਿੱਚੜਾਂ ਦੀ ਮੈਂ ਤੁਹਾਨੂੰ ਦੱਸੀਏ, ਅਸਾਂ ਟੀਕਾ ਚਾ ਕੇ ਆਏ ਹੈ ਚਿੱਚੜਾਂ ਦੀ ਬਿਮਾਰੀ ਨੂੰ ਖਤਮ ਕਰਨ ਵਾਸਤੇ। ਅੱਛਾ ਚਿੱਚੜਾਂ ਕਾਨੂੰ ਸਿਰਫ ਇੱਕ ਬਿਮਾਰੀ ਨਹੀਂ ਕਿ ਖੂਨ ਚੂਸੇਂਦੇ ਚਿੱਚੜ ਜਾਨਵਰ ਦਾ ਅਤੇ ਜਾਨਵਰ ਕਮਜ਼ੋਰ ਥੀ ਵੈਂਦੇ, ਸਿਰਫ ਇਹ ਮਸਲਾ ਨਹੀਂ, ਚਿੱਚੜ ਨਾਲ ਬਿਮਾਰੀਆਂ ਵੀ ਫੈਲਦੇ ਹਨ, ਰਤ ਮੂਤਰੇ ਦੀ ਬਿਮਾਰੀ ਵੀ ਚਿੱਚੜ ਦੀ ਵਜ੍ਹਾ ਕੋਲ ਥੀਂਦੀ ਹੈ, ਵੱਡੇ ਜਾਨਵਰਾਂ 'ਚ ਵੀ ਛੋਟੇ ਜਾਨਵਰਾਂ 'ਚ, ਦਵਾਈ ਇੱਕ ਠੀਕ ਹੈ ਨਾ। ਇਵੇਂ ਬੇ ਵੀ ਕਾਫੀ ਸਾਰੇ ਹਨ ਮਸਾਇਲ ਜਿਹੜੇ ਕਿ ਚਿੱਚੜ ਪੈਦਾ ਕਰਦੇ ਹਨ, ਇਹ ਟੀਕੇ ਦਾ